ਦੇਖੇ ਪਿੰਡਾਂ ਤੋਂ ਬਣਦੇ ਸੀ ਤੁਹਾਡੇ ਪਿੰਡ ਦੇ ਵੀ ਸੀਗੇ ਕੋਈ ਬੰਦੇ ਜਾਂਦੇ ਸਾਰਾ ਸਾਰਾ ਤੁਹਾਨੂੰ ਦੱਸਿਆ ਵੀ ਕੰਮ ਹੀ ਛੱਡਿਆ ਇਹ ਲੋਕਾਂ ਨੇ ਹਾਂ ਸਭ ਇਸ ਕੰਮ 'ਤੇ ਸੀ ਤੁਸੀਂ ਤਾਂ ਨਹੀਂ ਗਏ ਅਸੀਂ ਜਾਂਦੇ ਰਹੇ ਕਿਉਂ ਨਹੀਂ ਗਏ ਜਾਂਦੇ ਰਹੇ ਹਾਂ ਹੋਰ ਅੱਛਾ ਜਾਂਦੇ ਰਹੇ ਕਿੱਥੇ ਕਿੱਥੇ ਗਏ ਫਿਰ ਇਹ ਕਾਫਲਿਆਂ 'ਚ ਰਹੇ ਆ ਹਾਂਜੀ ਪਹਿਲਾਂ ਕਾਫਲਾ ਵੱਢ ਹੋਇਆ ਸ਼ਾਮ ਉੱਥੇ ਵਿੱਚ ਸੀ ਅਸੀਂ ਅੱਛਾ ਜੀ ਚਾਰਪੁਰਾ ਪਟਾਰੀ ਹੁੰਦਾ ਸੀ ਭਾਈ 15 ਬੰਦੇ ਰਫਲਾ ਵਾਲੇ ਆਪ ਰਹਿੰਦਾ ਘੋੜੇ 'ਤੇ 15 ਬੰਦੇ ਦਾ ਮਗਰ ਦੁਨੀਆ ਜੱਟ ਜਿੰਦੇ ਸੀਗੇ ਸਭ ਹਮਲਾ ਹੋਣਾ ਔਰ ਵੱਢ ਬਣਾ ਕੇ 2 ਘੰਟੇ ਬਹੁਤ ਲਾਉਣੀ ਵੱਢ ਕੇ ਜਿੰਨੀ 2 ਘੰਟੇ ਟੱਲਾਂ ਨਿਕਲ ਜਾਣਾ ਉਹ ਜਿਹੜਾ ਭੰਡਾਰੀ ਸ਼ਾਹ ਸੀਗਾ ਉੱਥੇ ਬਹਾਦਰਪੁਰੀ ਆ ਬਹਾਦਰਪੁਰੀ ਆ ਜਿਹੜਾ ਬਾਬੇ ਤਲਵੰਡੀ ਰਾਈਆਂ ਵੀ ਲਾਗੇ ਹੀ ਪੈਂਦਾ ਆਹੋ ਉੱਥੇ ਵੀ ਦੱਸਦੇ ਬੜੇ ਕਤਲ ਹੋਏ ਉੱਥੇ ਵੀ ਗਏ ਹਾਂ ਉੱਥੇ ਹੋਏ ਆ ਉੱਥੇ ਹੋਏ ਉੱਥੇ ਲੋਕ ਪਹਿਲੇ ਹੀ ਮੁਸਲਮਾਨ ਵੱਢਣ ਨੂੰ ਰਫਲਾ ਉਹ ਤੋਂ ਮਾਰਦੇ ਚੁਬਾੜੇ ਤੋਂ ਗੋਲੀਆਂ ਬਹੁਤੇ ਬੰਦੇ ਮਾਰ ਦਿੰਦਾ ਸੀ ਫਿਰ ਮਾਰਨਾ ਤਾਂ ਫਿਰ ਇੱਕ 2 ਬੰਦੇ 3 ਹੈ ਨਾ ਕਾਫਲਾ ਸਾਰਾ ਮਾਰ ਦਿੱਤਾ ਉਹਨੇ 2 ਬੰਦੇ ਮਗਰ ਦੀ ਹੈ ਨਾ ਪੌੜੀ ਲਾ ਕੇ ਪਗੜੀ ਚੜ੍ਹ ਕੇ ਫਿਰ ਮੁਸਲਮਾਨ ਜਿਹੜੇ ਰਫਲਾ ਵਾਲੇ ਉਹ ਮਾਰੇ ਜਿਹੜੇ ਪਾਸ ਦੁਆਰੇ ਦੇ ਮੁਸਲਮਾਨ ਸੀ ਸਾਰੇ ਉੱਥੇ ਇਕੱਠੇ ਹੋਏ ਸੀ ਉੱਥੇ ਲੱਗੀ ਹਿੰਦੂ ਬੇਟਰੀ ਅੱਛਾ ਨਾ ਮੁਸਲਮਾਨ ਬੇਟਰੀ ਇੱਕ ਹੁੰਦਾ ਸੀ ਅਫਸਰ ਸਾਰਿਆਂ ਨੂੰ ਬੜਾ ਖੱਤਰੀ ਅੱਛਾ ਉਹਨੇ ਅਫਸਰ ਸੀ ਜ਼ਿਆਦਾ ਹੁਣ ਜਿਹੜੀ ਮੁਸਲਮਾਨ ਦੀ ਬੇਟਰੀ ਹੈ ਨਾ ਉਹ 2 ਘੰਟੇ ਲਾਤੀ ਹੋਰ ਉੱਥੇ ਉੱਥੇ ਹਿੰਦੂਆਂ ਦੀ ਲਾਤੀ ਅੱਛਾ ਉਹ ਤਾਂ ਵੱਢ ਹੋਇਆ ਸੀ ਕਾਫਲਾ ਇੱਦਾਂ ਨਹੀਂ ਵੱਢ ਹੋਇਆ ਸੀ ਬਰਦਰੀ ਕਰਕੇ ਵੱਢਿਆ ਸੀ ਉਹ ਇੱਦਾਂ ਕਈ ਕੁਛ ਰਹੇ ਦੁਨੀਆ ਬਾਬਾ ਜੀ ਤੁਹਾਡੇ ਹੱਥੋਂ ਕਿੰਨੇ ਕੁ ਕਤਲ ਹੋਏ ਆ ਸਹੀ ਦੱਸਿਓ ਕਿੱਥੋਂ ਤੁਹਾਡੇ ਕੋਲੋਂ ਸਾਡੇ ਕੋਲ ਨਹੀਂ ਕੋਈ ਨਹੀਂ ਉੱਦਾਂ ਨਾਲ ਗਏ ਆ ਨਾ ਨਾਲ ਗਏ ਹੈ ਨਹੀਂ ਕੀਤਾ ਕੋਈ ਅੱਛਾ ਨਾਲ ਗਏ ਆ ਨਾਲ ਹੀ ਫਿਰ ਕੇ ਆ ਗਏ ਆ ਅੱਛਾ ਜੀ ਬਸ ਕਰਨਾ ਨਹੀਂ ਕੋਈ ਵੀ ਕੀਤਾ ਵੀ ਝੂਠ ਬੋਲਣਾ ਉਮਰ ਦੇ ਆਪਣੇ ਲਾਖ ਆਖਰੀ ਪੜਾਅ ਤੇ ਆ ਹਨਾ ਹਾਂ ਤੁਹਾਨੂੰ ਲੱਗਦਾ ਵੀ ਜੋ ਵੀ ਉਹ ਕਤਲ ਹੋਏ ਆ ਬੱਚੇ ਚਾਹੇ ਬਜ਼ੁਰਗ ਹਨਾ ਜਿਹੜੇ ਵੀ ਸੀਗੇ ਉਹ ਗਲਤ ਸੀਗਾ ਹਾਂ ਅਸੀਂ ਲਾ ਕੇ ਵੱਡਿਆਂ ਦਾ ਨਾਂ ਚੁੱਕਿਆ ਜਿਹੜਾ ਟੂਟੀ ਵੱਜ ਗਈ ਘੇਟੀ ਜੋ ਅੱਡੇ ਕੋਲ ਜਾਓ ਇੱਥੋਂ ਉਹਨੇ ਦੁਨੀਆ ਸਾਰੀ ਦਿੱਤਾ ਹਾਂਜੀ ਸਤਿ ਸ਼੍ਰੀ ਅਕਾਲ ਸਲਾਮ ਨਮਸਕਾਰ ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਜੜਿਆਲਾ ਅਤੇ ਧਰਤੀ ਦੇ ਇਸ ਪੰਜਾਬ ਦੀ ਟੀਮ ਬਜ਼ੁਰਗਾਂ ਨੂੰ ਲੱਭਦੇ ਲਵਾਉਂਦੇ ਅਸੀਂ ਅੱਜ ਆਏ ਹਾਂ ਜੀ ਪਿੰਡ ਵਾਹਿਦ ਜਿਹਨੂੰ ਬਾਦਾਂ ਵੀ ਕਹਿੰਦੇ ਅਤੇ ਲਾਗੇ ਸ਼ਾਮ 84 ਅਤੇ ਸਾਨੂੰ ਜਿਹੜੇ ਸਾਡੇ ਸਬਸਕ੍ਰਾਈਬਰ ਆ ਉਹ ਕਾਫੀ ਉਹਨਾਂ ਨੇ ਸਾਨੂੰ ਰਿਕੁਐਸਟ ਕੀਤੀ ਸੀ ਵੀ ਪਿੰਡ ਸ਼ਾਮ 84 ਵਿੱਚ ਜਾ ਕੇ ਵੀ ਜਿਹੜੇ ਬਜ਼ੁਰਗਾਂ ਕੋਈ ਲੱਭ ਕੇ ਤਾਂ ਉਹਨਾਂ ਦੀ ਇੰਟਰਵਿਊ ਕਰੋ ਅਤੇ ਸ਼ਾਮ 84 ਵਿੱਚ ਤਾਂ ਅਸੀਂ ਦੇਖਿਆ ਜੀ ਨਹੀਂ ਮਿਲੇ ਕਿਉਂਕਿ ਸਮਾਂ ਬਹੁਤ ਹੋ ਗਿਆ ਬਜ਼ੁਰਗ ਜਿਹੜੇ ਆ ਉਹ ਰੱਬ ਨੂੰ ਪਿਆਰੇ ਹੋ ਗਏ ਆ ਅਤੇ ਪਿੰਡ ਲਾਗੇ ਜਿਹੜਾ ਵਾਹਿਦ ਆ ਬਿਲਕੁਲ ਨਾਲ ਹੀ ਪੈਂਦਾ ਆ ਚੜ੍ਹਦੇ ਬੰਨੇ 1 ਕਿਲੋਮੀਟਰ ਦੇ ਤਾਂ ਉੱਥੇ ਬਜ਼ੁਰਗ ਸਾਡੇ ਨਾਲ ਨੇ ਜੀ ਅਤੇ ਕਰਦੇ ਹਾਂ ਜੀ ਉਹ ਬਜ਼ੁਰਗਾਂ ਨਾਲ ਵੀ 1947 ਦੀਆਂ ਜਿਹੜੀਆਂ ਯਾਦਾਂ ਨੇ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਛਾ ਬਾਬਾ ਕੀ ਨਾਂ ਤੁਹਾਡਾ ਕਮਲ ਸਿੰਘ ਅਤੇ ਪਿਤਾ ਦਾ ਫੁੰਮਣ ਸਿੰਘ ਦਾਦੇ ਦਾ ਵੀ ਪਤਾ ਨੱਥਾ ਸਿੰਘ ਕਿਹੜੀ ਕੌਮ ਕਿਹੜੀ ਆਪਣੀ ਜੱਟ ਸਿੱਖ ਇਹ ਜਿਹੜਾ ਪਿੰਡ ਵਾਹਿਦ ਆ ਇਹਦੇ ਜੱਦੀ ਪੁਸ਼ਤੀ ਆ ਇੱਥੇ ਦੇ ਜੱਦੀ ਅੱਛਾ ਜੀ ਤੇ ਬਾਬੇ ਉਮਰ ਕਿੰਨੀ ਕੁ ਤੁਹਾਡੀ ਮੇਰੀ ਉਮਰ ਹੈਗੀ ਆ 132 ਸਾਲ ਅੱਛਾ ਤੇ ਜਦੋਂ ਵੰਡ ਹੋਈ 47 ਦੀ ਹੈ ਨਾ ਆਹੋ ਕਿੱਡੇ ਕਿ ਸੀਗੇ ਉਦੋਂ ਉਦੋਂ ਮੈਂ ਤਾਂ ਸੀਗਾ ਬਹੁਤ ਤਕੜਾ ਵਿਆਹ ਹੋਇਆ ਸੀਗਾ ਹੋਰ ਨਿਆਣੇ ਵੀ ਸੀਗੇ ਹੋਰ ਆ ਮੁੰਡਾ ਇੱਥੇ ਆਇਆ ਨਹੀਂ ਹਾਂ ਪਰ ਇੱਥੋਂ ਤਿੰਨ ਟੱਕਰੇ ਨਹੀਂ ਫਿਰ ਹਾਂਜੀ ਹਾਂਜੀ ਫਰਗੋ ਤੋਂ ਨਹੀਂ ਟੱਕਰਿਆ ਮੁੰਡੇ ਮੇਰੇ 2 ਸੀ ਅੱਛਾ ਉਹ ਮਤਲਬ ਉਦੋਂ ਦੇ ਜਾਂ 47 ਦੇ ਉਦੋਂ ਪਹਿਲਾਂ ਦੇ ਉਹਨਾਂ ਦੇ ਜਨਮ ਉਹਨਾਂ ਦੇ ਉਹਨੇ ਉਦੋਂ ਦੇ ਜਨਮ ਆ ਠੀਕ ਆ ਅੱਛਾ ਬਾਬਾ ਜਿਹੜਾ ਪਿੰਡ ਹੈਗਾ ਇਹਦੇ ਲਾਗੇ ਲਾਗੇ ਕਿਹੜੇ ਕਿਹੜੇ ਪਿੰਡ ਆ ਤੁਹਾਡੇ ਦੇ ਰਾਪੁਰ ਹਾਂ ਤੁਲਪੁਰ ਜੰਡੀ ਰਾਪੁਰ ਤੁਲਪੁਰ ਪੜੋਰੀ ਇਹ ਆਲੇ ਦੁਆਲੇ ਸਾਰੇ ਪਿੰਡ ਇਹ ਹੀ ਆ ਅੱਛਾ 47 ਤੋਂ ਪਹਿਲਾਂ ਜਿਹੜੇ ਪਿੰਡ ਸੀਗੇ ਸਿੱਖਾਂ ਦੇ ਕਿ ਮੁਸਲਮਾਨਾਂ ਦੇ ਸੀਗੇ ਏਦਾਂ ਸੀਗੀ ਮੁਸਲਮਾਨ ਵਿੱਚੇ ਵੱਸਦੇ ਸੀ ਵਿੱਚੇ ਵੱਸਦੇ ਸਿੱਖ ਸਾਰੇ ਰਲਵੇਂ ਰਹਿ ਸਕੇ
ਅੱਛਾ ਜੀ। ਕੋਈ ਪਿੰਡ ਸਿੱਖਾਂ ਦਾ ਸੋਧਾ ਹੁੰਦਾ ਸੀ ਤਾਂ ਕੋਈ ਹੁੰਦਾ ਸੀ ਜੱਟਾਂ ਦੇ ਮੁਸਲਮਾਨਾਂ ਦਾ ਸੋਧਾ ਹੀ। ਅੱਛਾ, ਇਹਦਾ ਫੇਫੇ 'ਚ ਰਲ ਮਿਲਿਆ ਸੀ ਏਦਾਂ ਸੀ। ਅਤੇ ਜਿਹੜਾ ਸ਼ਾਮ 84 ਸੀਗਾ, ਸ਼ਾਮ 84 ਸਾਰੇ ਮੁਸਲਮਾਨ, ਸਾਰੇ ਮੁਸਲਮਾਨ ਹੈ ਨਾ, ਰੰਗੜ ਸਬੂਤ। ਅੱਛਾ, ਸਾਰਾ ਮੁਸਲਮਾਨ, ਸਾਰੀਆਂ ਕੌਮਾਂ ਸੀਗੀਆਂ ਉਹਨਾਂ ਦੀਆਂ ਵੀ, ਸਾਰੀਆਂ ਕੌਮਾਂ। ਅੱਛਾ ਜੀ। ਅੱਛਾ ਬਾਬਾ ਜੀ, ਜਿਹੜੇ ਸ਼ਾਮ 84 ਦੇ ਹੈ ਨਾ, ਕਿਉਂਕਿ ਲਾਗੇ ਤੁਹਾਡੇ ਬਿਲਕੁਲ ਪੈਂਦਾ, ਜਿਹੜੇ ਇੱਥੇ ਦੇ ਚੌਧਰੀ ਬੰਦੇ ਸੀਗੇ ਐਨ ਸਿਰੇ ਦੇ, ਉਹਨਾਂ ਦੇ ਨਾਂ ਪਤਾ ਕਿਹੜੇ ਕਿਹੜੇ ਸੀ? ਪਿੰਡ ਸਹਿਰਾ ਸੀ ਉੱਧਰ। ਹਾਂਜੀ, ਅੱਜ ਫਿਰ ਦੱਸ ਦਿਓ ਨਾਂ। ਹੁਣ ਮੈਂ ਤੈਨੂੰ ਕਿਹੜਾ ਦੱਸਾਂ, ਇੱਕ ਚਿਰਾਗਦੀਨ, ਚਿਰਾਗਦੀਨ ਬਿੱਲਾ, ਬਿੱਲਾ। ਅੱਛਾ, ਇਹ ਦੋ ਤਿੰਨ ਮਿੰਟ ਤਾਂ ਰਹਿਣ ਦੇ, ਹੁਣ ਕਿਉਂ ਬੈਠਾ? ਨਹੀਂ ਕੋਈ ਬੈਠਾ, ਬਹਿਣਾ ਹੀ ਪੈਣਾ, ਤੇ ਲੰਮਾ ਪੈਣਾ ਤੁਸੀਂ। ਉਹ ਨਾ ਯਾਰ, ਹੁਣ ਭੁੱਲ ਗਿਆ ਨਾ ਮੈਨੂੰ ਹੁਣ ਆਉਂਦੇ ਜੀ। ਨਹੀਂ ਤੁਸੀਂ ਉਹ ਦਿਨ ਦੱਸਿਆ ਸੀਗਾ ਮੈਂ, ਚਿਰਾਗ। ਹਾਂ, ਬਾਕੀ ਸਾਰੇ ਭੁੱਲ ਭੁੱਲ ਗਏ, ਕਿਹੜਾ ਹੁਣ ਆ ਜਾਂਦੀਆਂ ਗੱਲਾਂ। ਜ਼ਿਆਦਾ ਬਿੱਲਿਆ ਦੀ ਸੀ। ਅੱਛਾ, ਨਾਂ ਕੀ ਸੀ ਉਹਨਾਂ ਦੇ ਬਜ਼ੁਰਗਾਂ ਦੇ? ਉਹਦਾ ਨਾਂ ਚੌਧਰੀ ਚਿਰਾਗ ਖਾਂ। ਅੱਛਾ, ਉਹਦਾ ਨਾਂ ਚਿਰਾਗ ਖਾਂ ਸੀ, ਉਹਦੇ ਵੱਡੇ ਸੀ ਦੁਆਰ ਹੋਣੀ, ਘੋੜੀਆਂ ਰੱਖੀਆਂ ਸੀ। ਅੱਛਾ, ਮੁਸਲਮਾਨ ਸੀਗੇ, ਬਾਗ ਬੂਗ ਵੀ ਸੀਗੇ ਅੰਬਾਂ ਦੇ ਉਹਨਾਂ ਦੇ? ਹਾਂ, ਬਾਗ ਵੀ ਸੀਗੇ। ਹਾਂ, ਬਾਗ ਵੀ ਸੀਗੇ। ਅੱਛਾ, ਐਡਾ ਸੀ ਸਾਰੇ। ਕਿੱਥੇ ਕੁ ਜ਼ਮੀਨ ਪੈਂਦੀ ਸੀ ਉਹਨਾਂ ਦੀ? ਸ਼ਾਮ 84 ਸਾਰੀ ਪੈਂਦੀ ਸੀ ਲਹਿੰਦੇ ਪਰ, ਠੀਕ ਹੈ, ਪਿੱਛੋਂ ਵੱਲ ਦੇ ਪਾਸੇ। ਅੱਛਾ ਜੀ, ਅਤੇ ਤੁਹਾਡੇ ਜਿਹੜੇ ਬਜ਼ੁਰਗ, ਕੰਮ ਕਾਰ ਖੇਤੀ ਦਾ ਸੀਗਾ ਤੁਹਾਡੇ ਬਜ਼ੁਰਗਾਂ ਦਾ ਵੀ? ਸਾਡਾ ਖੇਤੀ ਦਾ ਪਹਿਲਾਂ ਤੁਸੀਂ। ਕਿੰਨੀ ਕੁ ਜ਼ਮੀਨ ਆ? ਜ਼ਮੀਨ ਹੈਗੀ ਆ 15 ਖੇਤ, 15 ਕਿੱਲੇ। ਤਾਂ ਤੁਹਾਡਾ ਜਦੋਂ 47 ਤੋਂ ਪਹਿਲਾਂ ਜਿਹੜੇ ਮੁਸਲਮਾਨ ਇੱਥੇ ਲਾਗੇ ਲਾਗੇ, ਉਹਨਾਂ ਨਾਲ ਵੀ ਕੋਈ ਲੈਣ ਦੇਣ ਸੀਗਾ? ਉਹਨਾਂ ਨਾਲ ਬੜਾ ਪਿਆਰ ਸੀ ਇੱਕ ਦੂਜੇ ਦਾ। ਅੱਛਾ, ਇੱਕ ਦੂਜੇ ਦਾ ਪਿਆਰ ਸੀ ਬੜਾ, ਬੜਾ ਪਿਆਰ ਕਰਦੇ ਸੀ ਮੁਸਲਮਾਨ, ਜੱਟ ਵੀ ਕਰਦੇ ਸੀ, ਆਉਣ ਜਾਣ ਸੀਗਾ ਸਾਰਿਆਂ ਦਾ, ਹੁੰਦਾ ਸੀ ਇੱਕ ਦੂਜੇ ਨੂੰ ਦੇਣ ਲੈਣ ਸੀਗਾ ਉਹਨਾਂ ਦਾ, ਹੋਰ ਹੋਰ ਦੇਣ ਲੈਣ। ਮੁਸਲਮਾਨ ਵਿਆਹੀ ਸ਼ਾਦੀ ਵੀ ਆਉਂਦੇ ਸੀ ਜੱਟਾਂ ਦੇ। ਅੱਛਾ, ਖਾਣ ਪੀਣ ਰੋਟੀ ਵੀ ਖਾਂਦੇ ਸੀ, ਸਭ ਕੁਛ ਖਾਂਦੇ ਸੀ। ਸ਼ਰਾਬ ਦਾ ਸੀ ਇੱਕ ਪੀਂਦੇ, ਸ਼ਰਾਬ ਨਹੀਂ ਪੀਂਦੇ ਹੈਗੇ, ਸ਼ਰਾਬ ਨਾ ਹੀ ਪੀਂਦੇ। ਅੱਛਾ ਜੀ, ਪੀਂਦਾ ਹੀ ਪੜਦੇ ਦਾ, ਪੀਂਦਾ ਹੀ ਪੜਦੇ ਦਾ ਕੋਈ ਕੋਈ ਬੰਦਾ ਕੋਈ ਜਿਹੜਾ ਸੀਗਾ ਨਾ। ਅਜਾ ਪੜ੍ਹੇ ਵੀ ਆ ਬਾਬਾ ਜੀ? ਕੌਣ ਤੁਸੀਂ? ਨਾ, ਮੈਂ ਨਹੀਂ ਪੜ੍ਹਿਆ, ਮੈਂ ਕਹਿ ਦਿਆ। ਅੱਛਾ, ਤਾਂ ਜਿਹੜੇ ਤੁਹਾਡੇ ਹਮ ਉਮਰ ਸੀਗੇ ਇੱਥੇ, ਕਿਤੇ ਮੁਸਲਮਾਨਾਂ ਦੇ ਬੱਚੇ ਸੀਗੇ ਤੁਹਾਡੇ ਜਿਹੜੇ ਕੋਈ ਦੋਸਤ ਸੀਗੇ? ਦੋਸਤ ਸਾਡੇ ਸੀਗੇ, ਦੋਸਤ ਬਥੇਰੇ ਸੀ, ਕੀ ਕਰਨਾ। ਨਹੀਂ, ਨਾਂ ਨੂੰ ਪਤਾ ਕਿਸੇ ਦਾ? ਮੰਨ ਲਓ ਸਮਾਂ ਹੋ ਗਿਆ ਨਾ। ਇੱਕ ਦਾ ਨਾਂ ਬਾਬੂ ਸੀ। ਅੱਛਾ, ਇੱਕ ਦਾ ਨਾਂ ਸਰੂ ਸੀ। ਹੁਣ ਬਾਕੀ ਮੈਂ ਨਾਂ ਇੱਥੇ ਸ਼ਾਮ 84 ਦੇ ਸੀਗੇ? ਨਹੀਂ, ਉਹ ਰਾਪੁਰ ਦੇ। ਰਾਪੁਰ ਦੇ ਹੈ ਨਾ, ਠੀਕ ਆ, ਰਾਪੁਰ ਦੇ ਹੀ ਸ਼ਾਮ ਦੇ ਜੀ। ਅਤੇ ਜਦੋਂ ਵਿਆਹ ਸ਼ਾਦੀਆਂ ਦੱਸਿਆ ਵੀ ਤੁਸੀਂ ਉਹ ਮਤਲਬ ਆਉਂਦੇ ਹੁੰਦੇ ਸੀਗੇ ਜਾਂ ਜਾਂਦੇ? ਵਿਆਹ ਸ਼ਾਦੀ ਆਉਂਦੇ ਸੀ। ਅੱਛਾ, ਰੋਟੀ ਪਾਣੀ ਖਾਣਾ ਉਹਦੀ, ਅਤੇ ਪਿਆਰ ਪੂਰ ਵੀ ਕੁੜੀ ਨੂੰ ਦੇ ਜਾਣਾ, ਅਤੇ ਚੱਲ ਜਾਣਾ। ਦੋ ਦੋ ਤਿੰਨ ਦਿਨ ਵਿਆਹ ਰਹਿੰਦੇ ਸੀ, ਹੁਣ ਕਿਹੜਾ ਵਿਆਹ, ਹੁਣ ਤਾਂ ਇੱਕ ਦਿਨ 'ਚ ਹੀ ਹੋ ਜਾਂਦਾ ਕੰਮ। ਬਸ ਅੱਗੇ ਬਾਜੇ ਵੱਜਣੇ, ਤਬਾਸ਼ੇ ਹੋਣੇ, ਦਗੜਾ ਹੋਣੀਆਂ, ਚਾਰ ਚਾਰ ਦਿਨ ਵਿਆਹ ਹੁੰਦੇ ਸੀ। ਅੱਛਾ, ਖਾਣ ਪੀਣ ਨੂੰ ਸਭ ਕੁਛ ਮਿਲਦਾ ਸੀ ਅਗਲੇ ਨੂੰ, ਹੁਣ ਉਹ ਤਾਂ ਕੀ ਆ, ਹੁਣ ਤਾਂ ਆਇਆ ਤਾਂ ਚੱਲ ਗਿਆ। ਬਿਲਕੁਲ, ਦਿਹਾੜੀ 'ਚ ਕੰਮ ਨਿਬੇੜ ਜਾਂਦੇ ਆ। ਹੋਰ ਹੋਰ, ਅਤੇ ਜਦੋਂ ਜਿਹੜੀਆਂ ਬਰਾਤਾਂ ਕਾਤੇ ਜਾਂਦੀਆਂ ਸੀਗੀਆਂ, ਗੱਡਿਆਂ ਦੀ ਗੱਡੇ ਗੱਡੀਆਂ? ਅੱਛਾ, ਗੱਡੀਆਂ ਹੁੰਦੀਆਂ ਸੀ ਬੁਲਦਾ ਵਰਗੀਆਂ, ਗੱਡੀਆਂ ਦੇ ਵਿੱਚ ਬਹਿ ਜਾਣਾ, ਗੱਡੇ ਚੱਲ ਜਾਣੇ। ਅੱਛਾ, ਅੱਗੇ ਕਿਹੜਾ ਮਸ਼ਿੰਦਰੀ ਸੀ, ਨਾਂ ਸਹੀ ਵੀ ਨਾ ਸੀ, ਮਸ਼ਿੰਦਰੀ ਦਾ ਕਹਿੰਦੇ ਨਾਂ ਸਹੀ ਨਾ ਸੀ ਦੇਖਣ ਨੂੰ ਵੀ, ਸਭ ਹੜਾਂ ਨਾਲ ਗੱਡਾ ਹੜ ਬਹੁਤੇ ਸੀ ਲੋਕ, ਧੀ ਭੈਣ ਦੀ ਇੱਜ਼ਤ ਕਰਦੇ ਸੀ ਲੋਕੀ ਹੋਰ ਬਹੁਤ ਜ਼ਿਆਦਾ। ਹੁਣ ਹੁਣ ਹੈ ਨਹੀਂ, ਹੁਣ ਨਹੀਂ ਹੈਗਾ, ਅੱਗੇ ਬਹੁਤ ਸੀ। ਅੱਛਾ, ਜਿੱਦਾਂ ਦੱਸਦੇ ਆ ਵੀ ਬਜ਼ੁਰਗ ਜਿਹੜੇ, ਜੇ ਕੋਈ ਕੁੜੀ ਜਾਵੇ ਤਾਂ ਰਾਹ ਛੱਡ ਦਿੰਦੇ ਹੁੰਦੇ ਸੀਗੇ, ਏਦਾਂ ਹੀ ਸੀਗਾ? ਹਾਂ, ਜਦੋਂ ਕੋਈ ਕੁੜੀ ਜਾਵੇ ਰਸਤੇ ਦੀ ਤਾਂ ਬਜ਼ੁਰਗ ਜਿਹੜੇ ਮੁੰਡੇ ਸੀਗੇ ਜੇ, ਉਹ ਰਾਹ ਛੱਡ ਦਿੰਦੇ ਹੁੰਦੇ ਸੀਗੇ, ਰਾਹ ਛੱਡ ਦਿੰਦੇ ਆ, ਏਦਾਂ ਹੀ ਹੁੰਦੇ? ਵਾਕਿਆ ਗੱਲ ਆ, ਸਹੀ ਆ, ਉਹਨੂੰ ਕਹਿਣਾ ਭੈਣ ਆ ਸਾਡੀ। ਅੱਛਾ, ਏਦਾਂ ਸੀ ਅੱਗੇ, ਬਹੁਤ ਪਿਆਰ ਸੀ ਤੇ ਨੋਖਾ ਦੱਸਦਾ। ਹੁਣ ਨਹੀਂ, ਹੁਣ ਨਹੀਂ ਕੋਈ ਵੀ।
ਬਾਬਾ ਜੀ ਜਿਹੜਾ ਸ਼ਾਮ 84 ਦਾ ਹੈ ਨਾ, ਇਹਦੇ ਤੁਹਾਨੂੰ ਜੈਲ ਕਿਹੜੀ ਲੱਗਦੀ ਸੀਗੀ? ਹਾਂ, ਜੈਲ ਕਿਹੜੀ ਲੱਗਦੀ ਸੀ ਤੁਹਾਨੂੰ? ਬਡਾਲਾ। ਬਡਾਲਾ ਮਾਹੀ? ਕੀ ਰਾਂ ਸੀ ਜੈਲਦਾਰ ਦਾ? ਨਾਂ ਮੈਨੂੰ ਨਾਂ ਹੀ ਭੁੱਲ ਗਿਆ ਆ। ਸਿੱਖਾਂ ਦੀ ਸੀਗਾ, ਮੁਸਲਮਾਨਾਂ ਦਾ ਸੀਗਾ? ਸਿੱਖਾਂ ਦਾ ਸੀਗਾ ਨਾ। ਤੇ ਜਿਹੜਾ ਸ਼ਾਮ 84 ਦੇ ਲੰਬੜਦਾਰ ਕੋਈ ਸੀਗੇ, ਉਹਨਾਂ ਦਾ ਵੀ ਨਾਂ ਕਿਸੇ ਦਾ ਪਤਾ? ਉਹ ਤੈਨੂੰ ਦੱਸਿਆ ਤਾਂ ਹੈਗਾ, ਜਿਹੜੇ ਸੀਗੇ ਦੋ ਤਿੰਨ। ਹਾਂ, ਜੜ ਤਾਂ ਸਹੀ ਨਹੀਂ ਸ਼ਾਮ ਤੋਂ। ਅੱਛਾ, ਮੁਸਲਮਾਨ ਖੱਤਰੀ ਬਾਬਰ। 47 ਤੋਂ ਪਹਿਲਾਂ ਇੱਥੇ ਕੋਈ ਲੜਾਈ ਝਗੜਾ ਤਾਂ ਨਹੀਂ ਹੋਇਆ ਕੋਈ 47 ਤੋਂ ਪਹਿਲਾਂ? ਨਹੀਂ, ਪਹਿਲਾਂ ਨਹੀਂ ਕੋਈ ਹੋਇਆ। ਅੱਛਾ, ਬਾਹਰ ਹੀ ਹੋਇਆ ਸਭ ਕੁਝ। ਠੀਕ ਆ। ਤੇ ਬਾਬਾ ਜੀ ਜਿਹੜੇ ਆ ਤੁਸੀਂ ਦੱਸਿਆ ਵੀ ਸਾਰੇ ਵਧੀਆ ਤਰੀਕੇ ਨਾਲ ਰਹਿੰਦੇ ਸੀਗੇ ਨਾ, ਤਾਂ ਫਿਰ ਉੱਠੇ ਕਿੱਦਾਂ? ਹਾਂ, ਉੱਠੇ ਕਿੱਦਾਂ ਇੱਥੋਂ ਫਿਰ? ਉਹ ਕੌਣ? ਮੁਸਲਮਾਨ। ਮੁਸਲਮਾਨ ਇੱਦਾਂ ਉੱਠੇ ਆ, ਬੋਲੋ ਕਹਿੰਦੇ ਸੀ ਵੀ ਅਸੀਂ ਪਾਕਿਸਤਾਨ ਬਣਾ ਰਹੇ ਹਾਂ। ਹਾਂ, ਜਿਹੜਾ ਜੱਟ ਸੀਗੇ ਉਹਨੇ ਢੋਲ ਵਜਾਉਣਾ, ਇਕੱਠੇ ਹੋ ਜਾਣਾ 100 ਕੁ ਬੰਦਾ, ਜੇ ਮੁਸਲਮ ਜੱਟ ਕੋਈ ਲਾਹੀਦਾ ਦੇਸ਼ ਪਿਆ ਤਾਂ ਉਹਨੂੰ ਮਾਰ ਦੇਣਾ। ਅੱਛਾ, ਫਿਰ ਇੱਦਾਂ ਹੁੰਦੀ 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 ਫਿਰ ਲੱਕ ਜੱਟਾਂ ਨੇ ਵੀ ਫਿਰ ਕਾਠੜਾ ਕਰ ਲਿਆ। ਫਿਰ ਸਾਲ ਭਰ ਲਈ ਖੇਤੀ ਹੋਈ। ਅੱਛਾ ਜੀ। ਫਿਰ ਵੱਢ ਬਣਾ ਕੇ ਰਿਹਾ ਸਾਲ ਭਰ, ਫਿਰ ਵੱਢ ਬਣਾ ਕੇ ਫਿਰ ਪਾਕਿਸਤਾਨ ਤਾਂ ਬਣਿਆ। ਫਿਰ ਵੰਡ ਹੋ ਗਈ। ਫਿਰ ਅੱਛਾ, ਫਿਰ ਵੰਡ ਹੋ ਗਏ, ਪਾਕਿਸਤਾਨ ਚੱਲ ਗਏ, ਜਿਹੜੇ ਉੱਧਰ ਸੀ ਜੱਟ ਉਹ ਇੱਧਰ ਆ ਗਏ। ਉੱਧਰ ਵੀ ਜੱਟ ਸੀਗੇ ਸਾਰੇ। ਆਹੋ, ਜਿਹੜੇ ਤੁਹਾਡੇ ਪਿੰਡ ਦਾ ਜਦੋਂ ਇੱਥੋਂ ਜਾਣ, ਜਿਹੜੇ ਲੋਕ ਤੁਹਾਡੇ ਪਿੰਡ ਸੀਗੇ ਮੁਸਲਮਾਨ? ਨਾ, ਸਾਡੇ ਪਿੰਡ ਨਹੀਂ ਸੀ। ਨਹੀਂ ਸੀਗੇ ਨਾ। ਜਿਹੜੇ ਪਿੰਡ ਲਾਗਲੇ ਪਿੰਡਾਂ ਦਾ ਪਹਿਲਾਂ ਜਿਹੜਾ ਕੈਂਪ ਲੱਗਾ ਸ਼ਾਮ 84 ਲੱਗਾ? ਸ਼ਾਮ 84 ਸਾਰੇ ਪਿੰਡਾਂ ਦਾ? ਆਹ, ਸਾਰਿਆਂ ਪਿੰਡਾਂ ਦਾ, ਮੁਸਲਮਾਨਾਂ ਦਾ। ਅੱਛਾ, ਤਾਂ ਇੱਥੇ ਤਾਂ ਨਹੀਂ ਹਮਲਾ ਹੋਇਆ? ਕਹਿੰਦੇ ਦੱਸਦੇ ਆ ਵੀ ਬੜੀ ਕਤਲੋ ਗਾਰਤ ਹੋਈ, ਤਲਵੰਡੀ ਰਾਈਆਂ ਹੋਈ ਆ, ਸ਼ਾਮ 84 ਹੋਈ ਆ। ਸ਼ਾਮ 84 ਹੋਈ, ਸਾਡੇ ਪਿੰਡ ਨਹੀਂ ਹੋਈ। ਅੱਛਾ, ਸ਼ਾਮ 84 ਤਾਂ ਹੋਈ ਆ। ਹੋਈ ਆ? ਇਹ ਕਿੱਥੋਂ ਜਥਾ ਬਣ ਕੇ ਆਉਂਦਾ ਸੀਗਾ? ਦੇਖੇ ਪਿੰਡਾਂ 'ਚੋਂ ਬਣਦੇ ਸੀ। ਤੁਹਾਡੇ ਪਿੰਡ ਦੇ ਵੀ ਸੀਗੇ ਕੋਈ ਬੰਦੇ ਜਾਂਦੇ? ਸਾਰਾ ਸਾਰਾ ਤੁਹਾਨੂੰ ਦੱਸਿਆ ਵੀ ਕੰਮ ਹੀ ਛੱਡਿਆ ਲੋਕਾਂ ਨੇ। ਸਭ ਇਸ ਕੰਮ 'ਤੇ ਸੀ। ਤੁਸੀਂ ਤਾਂ ਨਹੀਂ ਗਏ? ਅਸੀਂ ਜਾਂਦੇ ਰਹੇ। ਕਿਉਂ ਨਹੀਂ ਗਏ? ਜਾਂਦੇ ਰਹੇ ਹਾਂ। ਹੋਰ? ਅੱਛਾ, ਜਾਂਦੇ ਰਹੇ। ਕਿੱਥੇ ਕਿੱਥੇ ਗਏ ਫਿਰ? ਅਸੀਂ ਕਾਫਲਿਆਂ 'ਚ ਰਹੇ ਹਾਂ। ਹਾਂਜੀ, ਪਹਿਲਾਂ ਕਾਫਲਾ ਵੱਢ ਹੋਇਆ ਸ਼ਾਮ, ਉੱਥੇ ਵਿੱਚ ਸੀ ਅਸੀਂ। ਅੱਛਾ ਜੀ। ਹੁਸ਼ਿਆਰਪੁਰਾ ਪਟਾਰੀ ਹੁੰਦਾ ਸੀ, ਵੈਸੇ 15 ਬੰਦੇ ਰਫਲਾ ਵਾਲੇ ਆਪ ਰਹਿੰਦਾ ਘੋੜੇ 'ਤੇ, 15 ਬੰਦੇ ਦਾ ਮਗਰ ਦੁਨੀਆ ਜੱਟ ਜਿੰਦੇ ਸੀਗੇ ਸਭ। ਹਮਲਾ ਹੋਣਾ, ਹੁਣ ਵੱਢ ਬਣਾ ਕੇ 2 ਘੰਟੇ ਬਹੁਤ ਲਾਉਣੀ, ਵੱਢ ਕੇ ਜਿੰਨੀ 2 ਘੰਟਿਆਂ 'ਤੇ ਨਾਲ ਨਿਕਲ ਜਾਣਾ। ਉਹ ਜਿਹੜਾ ਭੰਡਾਰੀ ਸ਼ਾਹ ਸੀਗਾ ਉੱਥੇ ਬਹਾਦਰਪੁਰੀ ਆ? ਬਹਾਦਰਪੁਰੀ ਆ। ਅੱਛਾ, ਬਸ ਇੱਦਾਂ ਸੀ। ਜਦੋਂ ਸ਼ਾਮ 84 ਹੋਇਆ, ਕਤਲੋ ਗਾਰਤ ਹੋਈ ਆ, ਤੁਸੀਂ ਨਾਲ ਸੀਗੇ? ਵਿੱਚ ਤੈਨੂੰ ਦੱਸਿਆ। ਕਿੰਨੇ ਕਿੰਨੇ ਕੁ ਸੀਗੇ ਉਹ ਜਿਹੜੇ ਉੱਥੇ ਪਏ ਸ਼ਾਮ 84 ਨੂੰ? ਹਾਂ, ਕਿੰਨੇ ਕੁ ਲੋਕ ਸੀ ਜਿਹੜੇ ਉੱਥੇ ਪਏ? ਉੱਥੇ ਸਾਰੇ ਪਿੰਡ ਮੁਸਲਮਾਨ ਘਰੇ ਇੱਕ ਸੀਗਾ, ਕਾਫਲਾ ਲੱਗਾ ਬੜੀ ਦੂਰ ਤਾਂ ਹੀ। ਜਿਹੜੇ ਉਹਨਾਂ ਨੂੰ ਉੱਥੇ ਮਤਲਬ ਹਮਲਾ ਕਰਨ ਗਏ, ਕਿੰਨੇ ਕੁ ਪਿੰਡਾਂ ਦੇ ਕਿੰਨੇ ਕੁ ਲੋਕ ਸੀਗੇ? ਪਿੰਡਾਂ ਦੇ ਲੋਕ ਬਹੁਤ ਸੀਗੇ। ਹਾਂ, ਪਿੰਡਾਂ ਦਾ ਇੱਕ ਪਿੰਡ ਦੱਸਿਆ, ਸਾਰੇ ਜੋ ਜੱਟ ਸੀ ਸਭ ਕੰਮ ਛੱਡੀ ਉਹ ਸੀ। ਬੰਦੇ ਸਾਰੇ ਇਸ ਕੰਮ 'ਤੇ ਸੀ। ਅੱਛਾ, ਦੂਏ ਦਿਨ ਹਮਲਾ ਚੱਕਰਤਾ ਉਹ ਲੱਗਾ ਆਲੂਪੁਰ, ਜੋ ਮੁਸਲਮਾਨ ਸੀ ਸਾਰਾ ਚੱਕ ਕੇ ਚੂੜੀਆਂ 'ਤੇ ਦਬਾਇਆ। ਅੱਛਾ, ਇੱਦਾਂ ਸੀ। ਠੀਕ ਆ। ਕਿੰਨੇ ਇੱਥੇ ਸ਼ਾਮ 84 ਕਿੰਨੇ ਕੁ ਕਤਲ ਹੋਏ? ਇੱਥੇ ਕੀ ਪਤਾ ਹੁਣ, ਇੱਦਾਂ ਕਿੰਨੇ ਹੋਇਆ ਨਾ ਨਹੀਂ ਕੋਈ ਪਤਾ ਹੋਣਾ, ਤੈਨੂੰ ਕਹਿ ਲਿਆ ਮੈਂ। ਜਿਹੜਾ ਬਾਬੇ ਤਲਵੰਡੀ ਰਾਈਆਂ ਵੀ ਲਾਗੇ ਹੀ ਪੈਂਦਾ? ਆਹੋ, ਉੱਥੇ ਵੀ ਦੱਸਦੇ ਬੜੇ ਕਤਲ ਹੋਏ, ਉੱਥੇ ਵੀ ਗਏ? ਹਾਂ, ਉੱਥੇ ਹੋਏ ਆ। ਅੱਛਾ, ਆਹੀ ਰਹਿਣ ਦੋ, ਟਾਇਲ ਰੱਖਿਆ। ਹਾਂ, ਉੱਥੇ ਹੋਏ, ਉੱਥੇ ਲੋਕ ਪਹਿਲੇ ਹੀ ਮੁਸਲਮਾਨ ਵੱਢਣ ਨੂੰ, ਮੁਸਲਮਾਨ ਹੀ ਰਫਲਾ ਉਹ ਤੋਂ ਮਾਰਦੇ, ਚੁਬਾੜੇ ਤੋਂ ਗੋਲੀਆਂ ਬਹੁਤੇ ਬੰਦੇ ਮਾਰ ਦਿੰਦਾ ਸੀ। ਫਿਰ ਮਾਰਨਾ ਤਾਂ ਫਿਰ ਇੱਕ ਦੋ ਬੰਦੇ ਤਿੰਨ ਹੈ ਨਾ, ਕਾਫਲਾ ਸਾਰਾ ਮਾਰ ਦਿੱਤਾ ਉਹਨੇ, ਦੋ ਬੰਦੇ ਮਗਰ ਨਹੀਂ ਹੈ ਨਾ ਪੌੜੀ ਲਾ ਕੇ,
ਪਗੜੀ ਚੜ੍ਹ ਕੇ ਫਿਰ ਮੁਸਲਮਾਨ ਜਿਹੜੇ ਰਫਲਾ ਵਾਲੇ ਉਹ ਮਾਰੇ। ਅੱਛਾ, ਫਿਰ ਮਾਰੇ ਤਾਂ ਫਿਰ ਕਾਫਲਾ ਜਿਹੜਾ ਉੱਥੇ ਮੁਸਲਮਾਨਾਂ ਦਾ ਉਹ ਵੱਢਿਆ ਸੀ। ਕਈ ਕੁਛ ਵੀ ਭੰਡਾਰੀ ਸ਼ਾਹੀ ਸੀਗਾ, ਹੈ ਇਹ ਵੀ ਭੰਡਾਰੀ ਸ਼ਾਹੀ ਦੇ ਆਇਆ ਸੀਗਾ ਇੱਥੇ? ਨਹੀਂ ਨਹੀਂ ਉਹ ਭੰਡਾਰੀ ਦਾ ਸੀ, ਉਹ ਉੱਦਾਂ ਸੀ, ਉਹ ਉੱਦਾਂ ਸੀਗਾ ਨਾ, ਉਹ ਉੱਦਾਂ ਸੀ। ਮਤਲਬ ਇਹ ਲੋਕਲਾਂ ਨੇ ਵੱਢੇ ਹੈ ਨਾ ਜਿਹੜੇ ਸੀਗੇ? ਆਹੋ ਲੋਕਲਾਂ ਨੇ ਕਤਲ ਹੋਏ ਜਿਹੜੇ ਇੱਥੇ। ਹਾਂ, ਭੰਡਾਰੀ ਦਾ ਫੇਰ ਆਇਆ ਜਿਹੜਾ ਕਾਫਲੇ ਲੱਗਾ ਪਹਿਲਾਂ ਨਾ ਸੀ, ਪਹਿਲਾਂ ਤਾਂ ਪਿੰਡਾਂ ਦੇ ਹੀ ਸੀ। ਜਦੋਂ ਤਲਵੰਡੀ ਰਾਈਆਂ ਵੀ ਹੋਇਆ ਉੱਥੇ ਵੀ ਗਏ ਸੀ ਤੁਸੀਂ ਨਾਲ? ਨਹੀਂ ਉੱਥੇ ਨਹੀਂ ਗਏ, ਉੱਥੇ ਨਹੀਂ ਗਏ ਹੈ ਨਾ, ਸਿਰਫ ਇੱਥੇ ਸ਼ਾਮ 84 ਗਏ। ਹੋਰ ਵੀ ਕਿਤੇ ਗਏ ਸ਼ਾਮ 84 ਛੁੱਟ? ਨਹੀਂ ਮੈਂ ਨਹੀਂ ਗਿਆ ਕਿਤੇ ਵੀ ਹੋਰ, ਇਹ ਮੈਂ ਤੈਨੂੰ ਕਹਿ ਦਿਆ। ਅੱਛਾ, ਹੋਇਆ ਨਾ ਕਈ ਸਾਹੀ ਕਰਦਾ ਨਾ ਕਰਨ ਇੱਕ ਥਾਂ ਹੋਇਆ, ਆਲੋਪੁਰ ਵੀ ਹੋਇਆ, ਜਲੰਧਰ ਵੀ ਹੋਇਆ, ਹੁਸ਼ਿਆਰਪੁਰ ਵੀ ਹੋਇਆ, ਕਿਹੜਾ ਮੁਸਲਮਾਨ ਇੱਕ ਸੀ? ਮੈਂ ਨਹੀਂ ਹੋਰ ਕਿਤੇ ਵੀ ਗਿਆ, ਮੈਂ ਕਹਿ ਦਿਆ। ਜਦੋਂ ਮੁਸਲਮਾਨ ਸੀ ਬਾਪੂ ਜੀ ਉਹ ਕਿਹੜਾ ਜਿਹੜੇ, ਕਿਉਂਕਿ ਜ਼ਿਆਦਾ ਜਿਹੜੇ ਕਤਲ ਹੋਏ ਉਹ ਹੋਏ ਬਜ਼ੁਰਗ ਬੁੱਢੇ ਜਾਂ ਔਰਤਾਂ ਹੋਈਆਂ ਹੈ ਨਾ, ਉਹੀ ਹੋਏ ਜ਼ਿਆਦਾ। ਆਹੋ, ਤਾਂ ਉਹ ਜੇ ਹੁਣ ਦੇਸ਼ ਬਣਿਆ ਸੀਗਾ ਉਹ ਚੁੱਪ ਚਪੀਤੇ ਵੀ ਜਾ ਸਕਦੇ ਸੀਗੇ, ਉਹਨਾਂ ਨੂੰ ਭੇਜ ਸਕਦੇ, ਉੱਥੇ ਹਮਲਾ ਕਰਨ ਦਾ ਕੀ ਕਾਰਨ ਕੀ ਸੀਗਾ ਉੱਥੇ ਸ਼ਾਮ 84? ਕਿਹੜਾ ਜਿਹੜਾ ਸ਼ਾਮ 84 ਹਮਲਾ ਕੀਤਾ ਉਹਦਾ ਕੀ ਕਾਰਨ ਕੀ ਸੀਗਾ? ਜਿਹੜੇ ਦੁਆਲੇ ਦੇ ਮੁਸਲਮਾਨ ਸੀ ਸਾਰੇ ਉੱਥੇ ਇਕੱਠੇ ਹੋਏ ਸੀ, ਉੱਥੇ ਲੱਗੀ ਹੋਈ ਹਿੰਦੂ ਬੇਟਰੀ। ਅੱਛਾ, ਨਾ ਮੁਸਲਮਾਨ ਬੇਟਰੀ। ਇੱਕ ਹੁੰਦਾ ਸੀ ਅਫਸਰ ਸਾਰਿਆਂ ਨੂੰ ਬੜਾ ਖੱਤਰੀ। ਅੱਛਾ, ਉਹਨੇ ਅਫਸਰ ਸੀ ਜ਼ਿਆਦਾ, ਔਰ ਜਿਹੜੀ ਮੁਸਲਮਾਨਾਂ ਦੀ ਬੇਟਰੀ ਹੈ ਨਾ ਉਹ 2 ਘੰਟੇ ਲਾਤੀ ਹੋਰ ਉੱਥੇ, ਉੱਥੇ ਹਿੰਦੂਆਂ ਦੀ ਲਾਤੀ। ਅੱਛਾ, ਉਹ ਤਾਂ ਵੱਢ ਹੋਇਆ ਸੀ ਕਾਫਲਾ, ਇੱਦਾਂ ਨਹੀਂ ਵੱਢ ਹੋਇਆ ਸੀ, ਬਦਲੀ ਕਰਕੇ ਵੱਢਿਆ ਸੀ ਉਹ। ਅੱਛਾ, ਇੱਦਾਂ ਕਈ ਕੁਛ ਰਹੇ ਦੁਨੀਆਂ 'ਤੇ। ਠੀਕ ਆ ਬਾਬਾ ਜੀ, ਤਾਂ ਜਿਹੜਾ ਜਦੋਂ ਮੁਸਲਮਾਨ ਚੱਲ ਗਏ ਆ ਨਾ, ਕਿਉਂਕਿ ਖਾਲੀ ਜਿਹੜੇ ਘਰ ਭਰੇ ਭਰਾਏ ਛੱਡ ਗਏ ਉਹ ਫਿਰ ਕੀ ਬਣਿਆ? ਜਿਹੜੇ ਉੱਧਰ ਮੁਸਲਮਾਨਾਂ ਨੇ ਜਿੱਥੇ ਮੁਸਲਮਾਨ ਗਏ ਹੋਇਆ ਉਹਨੇ ਵੀ ਦੁਨੀਆ ਵਾਸਦੀ ਸੀ। ਉਹ ਜਿਹੜਾ ਬਾਹਰ ਦੀ ਦੁਨੀਆ ਸੀ ਸਾਰੀ ਜਿੰਨੀ ਸੀ ਸਭ ਇੱਧਰ ਆਏ, ਉਹਦੀ ਉਹ ਲੈ, ਜਿਹੜੇ ਇੱਧਰ ਮੁਸਲਮਾਨ ਥਾ ਉਹ ਨਹੀਂ ਲੈਣਾ। ਹੋਰ ਜੱਟਾਂ ਤਾਂ ਨਹੀਂ ਮਿਲਿਆ ਕੁਛ ਵੀ? ਨਹੀਂ ਤੇ ਆਹੋ, ਉਹ ਤਾਂ ਗੱਲ ਨਹੀਂ, ਜਿਹੜੇ ਘਰ ਸੀਗੇ ਉਹਨਾਂ ਦੇ ਭਰੇ ਭਰਾਏ ਆ ਸਾਰੇ, ਉਹ ਨਹੀਂ ਸਮਝਦੇ ਉਹਨਾਂ ਨੇ ਜਿਹੜੇ ਉਧਰੋਂ ਆਏ ਸੀਗੇ। ਹਾਂ, ਅੱਛਾ, ਇੱਦਾਂ ਸੀ ਫਿਰ ਲੁੱਟ ਖੋ ਕਰ ਲਈ ਲੋਕਾਂ ਨੇ, ਜਿਹੜੀ ਚੀਜ਼ਾਂ ਚੱਕ ਲਈ ਆ ਘਰ ਬਾਹਰ ਜ਼ਮੀਨ ਦਾ ਜਿਹੜੀ ਉਹਨਾਂ ਨੂੰ ਮਿਲ ਗਈ ਆ, ਬਸ ਇੱਦਾਂ ਸੀ। ਆਇਆ ਨੂੰ ਕਿਸੇ ਨੇ ਲੀੜੇ ਦੇ ਦਿੱਤੇ, ਕਿਸੇ ਨੂੰ ਕੁਛ ਦੇ ਦਿੱਤਾ, ਕਿਸੇ ਨੂੰ ਕੁਛ ਦੇ ਦਿੱਤਾ, ਇੱਦਾਂ ਆਇਆ ਨੂੰ ਉਹਨਾਂ ਨੂੰ ਲੰਘਿਆ ਲੀੜੇ ਦਿੱਤੇ, ਦੇ ਦਿੱਤੀਆਂ ਚੀਜ਼ਾਂ ਵੇਚੋ, ਇੱਦਾਂ ਹੋਈ ਆ। ਕਿਹੜਾ ਇੱਕ ਕੰਮ ਹੋਇਆ? ਕੈਂਪ ਕਿੱਥੇ ਲੱਗਾ ਸੀਗਾ ਇੱਥੇ ਸ਼ਾਮ? ਕਿੱਥੇ ਸ਼ਾਮ 84 ਕਿੱਥੇ ਲੱਗਾ ਸੀਗਾ? ਲਹਿੰਦੇ ਪਾਸੇ, ਲਹਿੰਦੇ ਬੰਨੇ। ਹਾਂ, ਅੱਛਾ ਅੱਛਾ ਬਾਬਾ ਜੀ, ਤੁਹਾਡੇ ਹੱਥੋਂ ਕਿੰਨੇ ਕੁ ਕਤਲ ਹੋਏ ਆ ਸਹੀ ਦੱਸਿਓ? ਕਿੱਥੋਂ? ਤੁਹਾਡੇ ਕੋਲੋਂ? ਸਾਡੇ ਕੋਲ ਨਹੀਂ ਕੋਈ, ਨਹੀਂ ਉੱਦਾਂ ਨਾਲ ਗਏ ਆ ਨਾ, ਨਾਲ ਗਏ ਹੈ ਨਹੀਂ ਕੀਤਾ ਕੋਈ ਵੀ। ਅੱਛਾ, ਨਾਲ ਗਏ ਆ, ਨਾਲ ਹੀ ਫਿਰ ਕੇ ਆ ਗਏ ਆ। ਅੱਛਾ ਜੀ, ਬਸ ਕਰਦਾ ਨਹੀਂ ਕੋਈ ਵੀ ਕੀਤਾ ਵੀ ਝੂਠ ਬੋਲਦਾ। ਤੇ ਬਾਬਾ ਜੀ ਜਿੱਦਾਂ ਦੱਸਿਆ ਇੱਥੇ ਕਿੰਨੇ ਕੁ ਕਤਲ ਹੋਏ ਆ ਅੰਦਾਜ਼ੇ ਦੇ ਮੁਤਾਬਕ ਕਿੰਨੇ ਹੋ ਗਏ ਸ਼ਾਮ 84? ਉਹਨਾਂ ਨੇ ਮੁਕਾਬਲਾ ਨਹੀਂ ਕੀਤਾ ਮੋਹਰਿਓ? ਕਿਹੜੀ? ਉਹਨਾਂ ਮੁਸਲਮਾਨਾਂ ਨੇ ਮੁਕਾਬਲਾ ਕਦਾ ਕਰ ਲਏ ਨੇ ਮੋਹਰੇ? ਹਾਂ, ਉਹਨਾਂ ਦੇ ਕੋਲ ਕੀ ਸੀਗਾ? ਉਹਨਾਂ ਵਿਹਲੇ ਜਿਹੜਾ ਮੈਨੂੰ ਕੱਢ ਕੇ ਇੱਥੇ ਬੰਨਦੇ ਕਰਤਾ। ਹਾਂ, ਉਹਨੇ ਕਾਹਦਾ ਮੁਕਾਬਲਾ ਕਰਨਾ ਸੀ? ਉਹਨਾਂ ਦੇ ਕੋਲ ਨਾ ਕੋਈ ਸੋਟਾ, ਨਾ ਕੋਈ ਰਫਲ, ਨਾ ਕੋਈ ਹੋਰ ਚੀਜ਼। ਜਿੱਦਾਂ ਹੁਣ ਮੈਨੂੰ ਕੱਢ ਕੇ ਉੱਥੇ ਕੰਮ 'ਚ ਮਾਰ ਦਿਓ, ਇੱਦਾਂ ਸੀ। ਤਾਂ ਮਿਲਟਰੀ ਵਾਲੇ ਜਿਹੜੇ ਉਹ ਕਿੱਥੇ ਗਏ ਫਿਰ? ਉਹਨਾਂ ਰੋਕਿਆ ਨਹੀਂ? ਮਿਲਟਰੀ ਵਾਲੇ ਤਾਂ ਪਹਿਲਾਂ ਲੱਗੇ ਮੁਸਲਮਾਨ। ਅੱਛਾ, ਉੱਥੇ ਦੱਸਣ ਡਿਆ ਵੀ ਮੁਸਲਮਾਨ ਠਾ ਕੇ ਨਾ ਹਿੰਦੂ ਮਿਲਟਰੀ ਲਾਈ ਸੀ। ਅੱਛਾ, ਤਾਂ ਵੱਢ ਹੋਇਆ ਸੀ? ਉੱਦਾਂ ਨਹੀਂ ਹੋਣੇ ਸੀਗੇ ਜੀ ਉਹ? ਉੱਦਾਂ ਨਹੀਂ ਵੱਢ ਹੋਣੇ, ਉਹਦਾ ਕਈ ਥਾਈ ਨਹੀਂ ਵੀ ਵੱਢ ਹੋਏ ਉਹ ਜਿੱਥੇ ਫਿਰ ਇਹ ਜਦੋਂ ਵੱਢ ਹੋ ਗਿਆ ਫਿਰ ਚੂੜੋ ਵਾਲੀ ਲੱਗਾ ਇੱਕ ਆਪੋ, ਆਲੋਪੁਰ ਲੱਗਾ ਇੱਕ ਆਪੋ, ਇੱਕ ਸਾਹ ਥੋੜ੍ਹਾ ਵਿਆਸਾ ਲੱਗਾ ਸੀ ਇੱਕ ਆਪੋ, ਉਹ ਗਾਹਾਂ ਮੋਹਰੇ ਬਿਲਕੁਲ ਇੱਕ ਸਾਹ ਥੋੜ੍ਹਾ ਸੀ। ਠੀਕ ਆ, ਤੁਹਾਡੇ ਏਰੀਏ ਦੇ ਵਿੱਚ ਤਾਂ ਨਹੀਂ ਕੋਈ ਹੋਰ ਕੋਈ ਕਤਲ ਹੋਏ ਇੱਥੇ ਉਹਨਾਂ ਦੇ? ਨਹੀਂ, ਸਾਡੇ ਏਰੀਏ 'ਚ ਨਹੀਂ ਹੋਏ। ਅੱਛਾ, ਬਸ ਉਹ ਸ਼ਾਮ 84 ਹੋਇਆ ਜਿਹੜਾ ਹੋਇਆ ਨਾ? ਸ਼ਾਮ ਹੀ ਹੋਇਆ, ਉੱਥੇ ਹੀ ਹੋਇਆ, ਸਾਡੇ 'ਚ ਹੋਰ ਕਿਤੇ ਵੀ ਹੋਇਆ? ਅਤੇ ਜਿਹੜੇ ਉਹ
ਬੰਦੇ ਕਤਲ ਹੋਏ ਸੀਗੇ ਹੈ ਨਾ, ਉਹ ਫਿਰ ਕੀ ਕੀਤਾ? ਮਤਲਬ ਲਾਸ਼ਾਂ ਦੱਬੀਆਂ ਉਹਨਾਂ ਦੀਆਂ? ਲਾਸ਼ਾਂ ਦੱਬ ਦਿੱਤੀਆਂ, ਟੋਏ ਪੱਟ ਪੱਟ ਕੇ ਦੱਬ ਦਿੱਤੇ। ਅੱਛਾ, ਸਾਰੇ ਜੱਡੇ ਸੀਗੇ। ਉੱਥੇ ਕਦੇ ਇੱਕ ਥਾਂ ਲੱਗਾ, ਇੱਥੇ ਕਬਰੀ ਕਬਰਾਂ ਦੋ ਖੇਤਾਂ 'ਚ ਕਬਰਾਂ ਲੱਗੀਆਂ ਸੀ। ਅੱਛਾ ਜੀ। ਦੇਖੋ ਤੁਸੀਂ ਉਮਰ ਦੇ ਆਪਣੇ ਆਖਰੀ ਪੜਾਅ ਤੇ ਆ, ਹੈ ਨਾ। ਤੁਹਾਨੂੰ ਲੱਗਦਾ ਵੀ ਜੋ ਵੀ ਉਹ ਕਤਲ ਹੋਏ ਆ, ਬੱਚੇ ਚਾਹੇ ਬਜ਼ੁਰਗ, ਹੈ ਨਾ, ਜਿਹੜੇ ਵੀ ਸੀਗੇ, ਉਹ ਗਲਤ ਸੀਗਾ, ਹੈ ਨਾ? ਵੀ ਤੁਹਾਡੇ ਇਸ ਗੱਲ ਦਾ ਅਫਸੋਸ ਹੈਗਾ ਤੁਹਾਨੂੰ ਵੀ ਤੁਸੀਂ ਨਾਲ ਗਏ ਉਹਨਾਂ ਦੇ? ਹਾਂ, ਗਏ ਤਾਂ ਹੈਗੇ ਆ। ਹਾਂ, ਵੀ ਅਫਸੋਸ ਹੈਗਾ ਵੀ ਇਹ, ਕਿਉਂਕਿ ਉਹ ਕਾਤਲਾਂ ਦਾ ਟੋਲਾ ਸੀਗਾ, ਹੈ ਨਾ, ਉਹ ਚੀਜ਼ ਦਾ ਅਫਸੋਸ ਹੈਗਾ ਤੁਹਾਨੂੰ ਵੀ ਉਹਨਾਂ ਦੇ ਨਾਲ ਗਏ ਆ? ਨਾਲ ਤਾਂ ਗਏ ਆ, ਅਸੀਂ ਆਪ ਕਹਿੰਦੇ ਆ। ਹਾਂ, ਦਇਆ ਧਰਮ ਹੀ ਸੀ, ਕਿਹੜਾ ਉੱਥੇ ਕੋਈ ਪੁੱਛਦਾ ਸੀ? ਪਾਪ ਹੀ ਸੀ ਸਾਰਾ, ਨਾਲ ਗਏ ਅਸੀਂ ਆ ਗਏ। ਹਾਂ, ਪਰ ਅਫਸੋਸ ਹੈ ਉਸ ਚੀਜ਼ ਦਾ। ਹਾਂ, ਅਸੀਂ ਲਾ ਕੇ ਉਹਨੂੰ ਵਧੀਆ ਤੋਂ ਨਾਲ ਟੁੱਕਿਆ। ਜਿਹੜਾ ਟੂਟੀ ਵੱਜ ਗਈ ਘੇਟੀ, ਅਤੇ ਜੋ ਅੱਡੇ ਕੋਲ ਜਾਓ ਇੱਥੋਂ, ਉਹਨੇ ਦੁਨੀਆ ਸਾਰੀ ਨਿਕਲ ਗਈ। ਜਦੋਂ ਨਿਕਲ ਗਈ ਇੱਦਾਂ ਹੋਈ ਆ। ਕੋ ਮੁੜ ਕੇ ਵੀ ਆਇਆ ਇੱਥੇ ਵੀ ਆਪਣੇ ਪਿੰਡ ਪੁੰਡ ਦੇਖਣ ਕਿ ਨਹੀਂ? ਇੱਥੇ ਕਰਾਉਣਾ ਸੀ ਬਾਅਦ ਦੇ ਵਿੱਚ ਵੀ। ਹਾਂ, ਨਹੀਂ ਆਇਆ, ਕੋਈ ਨਹੀਂ ਆਇਆ ਇੱਥੇ। ਨਹੀਂ, ਆ ਜਿਹੜੇ ਸ਼ਾਮ 84 ਜਦੋਂ ਆ ਪ੍ਰੋਗਰਾਮ ਹੁੰਦਾ ਇੱਥੇ, ਹਾਂ, ਜਦੋਂ ਸ਼ਾਮ 84 ਇੱਥੇ ਪ੍ਰੋਗਰਾਮ ਹੁੰਦਾ, ਹਾਂ, ਉੱਥੇ ਆਉਂਦੇ ਨਹੀਂ ਗਏ ਉਹ ਬੰਦੇ ਮੁਸਲਮਾਨ ਜਿਹੜੇ ਆ? ਅੱਗੇ ਆਉਂਦੇ ਹੁੰਦੇ ਸੀ। ਹਾਂ, ਹੁਣ ਨਹੀਂ ਆਉਂਦੇ, ਹੁਣ ਨਹੀਂ ਆਉਂਦੇ, ਹੈ ਨਾ। ਉਦੋਂ ਕੋਈ ਲੋਕ ਹੈ ਨਾ ਹੋਏ ਆ, ਉਦੋਂ ਆਉਂਦੇ ਸੀ ਬੱਸਾਂ 'ਚ, ਚਾਰ ਚਾਰ ਦਿਨ ਰਹਿੰਦੇ ਹੁੰਦੇ ਸੀ, ਹੁਣ ਨਹੀਂ ਆਉਂਦੇ। ਠੀਕ ਆ, ਹੁਣ ਤਾਂ ਬਹੁਤ ਚਿਰ ਹੋ ਗਿਆ ਹਟ ਗਏ, ਉਦੋਂ ਆਉਂਦੇ ਸੀ। ਅਤੇ ਚਲੋ ਠੀਕ ਆ ਜੀ, ਕੀਤੀਆਂ ਬਜ਼ੁਰਗਾਂ ਨਾਲ ਗੱਲਾਂ ਬਾਤਾਂ, ਅਤੇ ਜੋ 47 ਦਾ ਇਹਨਾਂ ਦਾ ਇਤਿਹਾਸ ਸੀਗਾ ਉਹ ਤੁਹਾਡੇ ਨਾਲ ਰੂਬਰੂ ਕੀਤਾ ਨਾ, ਅਤੇ ਕਿਉਂਕਿ ਇਹ ਗੱਲਾਂ ਕਰਨ ਨੂੰ ਵੀ ਬਹੁਤ ਹੌਂਸਲਾ ਚਾਹੀਦਾ ਸੀ ਪਰਿਵਾਰ ਦੇ, ਇਹਨਾਂ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਨੂੰ ਬਜ਼ੁਰਗਾਂ ਦੀ ਜਿਹੜੀ ਵੀਡੀਓ ਬਣਾਉਣ ਲਈ ਸਾਨੂੰ ਪਰਮਿਸ਼ਨ ਦਿੱਤੀ ਹੈ ਨਾ। ਅੱਛਾ ਬਾਬਾ ਜੀ, ਤੁਹਾਡੇ ਇੱਥੇ ਮੇਲਾ ਮੁੱਲਾ ਵੀ ਲੱਗਦਾ ਜੀ ਕੋਈ? ਮੇਲੇ ਤਾਂ ਬਹੁਤ ਲੱਗਦੇ ਸੀ। ਹਾਂ, ਫਿਰ ਤਾਂ ਸ਼ਾਮ ਲੱਗਦਾ ਸੀ 5 ਦਿਨ ਦਾ। ਅੱਛਾ, ਆਪਣੀ ਜਗ੍ਹਾ ਆ ਆ ਜਿਹੜਾ ਸ਼ਾਮੀ ਸ਼ਾਹ ਦਾ? ਸ਼ਾਮੀ ਸ਼ਾਹ ਦਾ, ਹਾਂ, 5 ਦਿਨ ਮੇਲਾ ਲੱਗਦਾ ਇੱਥੇ, ਕੋਈ ਅੰਤ ਸਾਫ ਨਹੀਂ ਰਹਿੰਦਾ। ਅੱਛਾ, ਗੋਲੇ ਵਾਲਾ ਦੁਨੀਆ ਬਿੱਲਾ ਦੀਆਂ ਕੰਜਰੀਆ ਹੋਰ ਦੁਨੀਆ ਦਾ ਕੋਈ ਪਤਾ ਨਹੀਂ ਲੱਗਦਾ। ਅਤੇ ਜਦੋਂ 47 ਤੋਂ ਪਹਿਲਾਂ ਕਿਹੜੇ ਕਿਹੜੇ ਕਵਾਲ ਆਉਂਦੇ ਹੁੰਦੇ ਜੀ ਪਤਾ? ਨਹੀਂ, ਵੇਖਦਾ ਨਹੀਂ ਪਤਾ। ਹਾਂ, ਨਹੀਂ, 47 ਤੋਂ ਪਹਿਲਾਂ ਵੀ ਮੇਲਾ ਭਰਦਾ ਹੁੰਦਾ ਜੀ ਇੱਥੇ ਖਰਾ? ਹਾਂ, ਇੱਥੇ, ਹਾਂ, ਇੱਥੇ ਪਹਿਲਾਂ ਤੋਂ ਲੱਗਦਾ। ਅੱਛਾ, ਮੇਲਾ ਪਹਿਲਾਂ ਤੋਂ ਲੱਗਦਾ, ਮਤਲਬ ਤੁਹਾਡੀ ਜਦੋਂ ਹੋਸ਼ ਤੋਂ ਵੀ ਪਹਿਲਾਂ ਦਾ ਨਾ ਇਹ? ਇਹ ਪਹਿਲਾਂ ਦਾ, ਹਾਂ, ਸਾਡੀ ਹੋਸ਼ ਤੋਂ ਪਹਿਲਾਂ ਦਾ। ਅੱਛਾ, ਇਹ ਸੀਗਾ ਖੱਤਰੀ, ਜਿਹੜਾ ਇਹਦਾ ਸੀਗਾ ਗੁਰੂ, ਉਹ ਸੀਗਾ ਬੁਸਣਵਾਰ, ਔਰ ਫਿਰ ਬੁਸਣਵਾਰ ਬਣ ਗਿਆ ਖੱਤਰੀ ਰਿਹਾ। ਅੱਛਾ, ਉਹਨੂੰ ਸਭ ਹੋ ਗਿਆ, ਹਿੰਦੂਆਂ ਤੋਂ ਮੁਸਲਮਾਨ ਬਣ ਗਿਆ ਨਾ, ਮੁਸਲਮਾਨ ਬਣ ਗਿਆ। ਅੱਛਾ ਜੀ, ਇਹ ਏਡਾ ਬਣਿਆ, ਉੱਥੇ ਲਿਖਿਆ ਆ, ਕਿਤਾਬ ਉੱਥੇ ਬੜੀ ਵੀ ਆ, ਸਭ ਕੁਛ ਆ, ਫਿਰ ਜਿੱਦਾਂ ਹੋਈ ਆ, ਉਹਦੇ ਬੁੱਢੇ ਸੀ ਹਿੰਦੂ ਦੇ 3-4 ਖੜਿਆ ਬੁੱਢੇ ਸੀ, ਉਹ ਵੀ ਲਿਖੇ ਹੋਏ ਆ। ਅੱਛਾ, ਉਸ ਕਿਤਾਬ 'ਚੋਂ। ਅੱਛਾ, ਅਤੇ ਏਡਾ ਫਿਰ ਬਣਦੇ ਸੀ ਇਹਨੂੰ, ਆਪਣੀ ਉਹ ਜ਼ਮੀਨ ਛੱਡੀ ਹੋਈ ਆ, ਇਹ ਉਹਦੀ ਆਪਣੀ ਆ ਜ਼ਮੀਨ, ਹੋਰ। ਹਾਂਜੀ, ਅਤੇ ਇਹ ਆ ਜੀ ਸ਼ਾਮ 84 ਵਿੱਚ ਬਾਬਾ ਸ਼ਾਮੀ ਸ਼ਾਹ ਦਾ ਦਰਬਾਰ, ਅਤੇ ਕਰਾਉਂਦੇ ਹਾਂ ਜੀ ਦਰਸ਼ਨ ਤੁਹਾਨੂੰ। ਇਹ ਆ ਜੀ ਬੋਰਡ ਪੁਰਾਣਾ, ਅਤੇ ਇੱਥੇ ਮੇਲਾ ਲੱਗਦਾ ਜੀ 25-26-27-28 ਭਾਦੋ ਨੂੰ। ਅਤੇ ਆ ਸਾਰੇ ਬੋਰਡ ਦੇ ਦਰਖਤ ਵੀ ਜਿਹੜੇ ਆ 47 ਤੋਂ ਪਹਿਲਾਂ ਦੇ ਪੁਰਾਣੇ।
सामने जी बाबा शामी शाह दरगाह के बाहर कबर जी बाबे शामी शाह का अंदरूनी दरबार। हर साल जड़ा बहुत भारी इतने तीन चार दिन जड़ा मेला लगता हाथे बिच भी जी कवर ही नहीं। हाँ जी तो ये आ जी बाबा जिहड़ा शामी शाह का दरबार आ जी उन्हां दे सामने जिहड़ी मस्जिद आ पुरानी है ना उन्हां दे भी तुहानूं अंदर दर्शन कराउंदे आ। क्योंकि जिन्ना सारा इहदा अहाता आ ते ओह सारा रंग रोंग करके वधिया तरीके नाल रखिआ ते जिहड़ी मस्जिद आ बहुत पुरानी आ। दस दे आ भी तकरीबन 11वीं सदी की यह बनी हुई आ। जिदा दस दे भी इन्हां दे मोहरे जिहड़े मसीतां दे मोहरे दरख्त हुंदे सीगे ना आ बोर्ड का दरख्त आ जी बहुत भाला। मसीत मतलब इन्हें डाटा के नाल सामने जी आ मेहरान ठीक हाँ एक मिलते हैं जी नवी वीडियो उदों तक ले खुदा हाफिज़ रब रखा।